ਅਸੀਂ ਨਾਮ ਜੂਨਸ ਹੈ ਜੀ। ਕਿੰਨੇ ਸਮੇਂ ਤੋਂ ਜਿਹੜਾ ਇਸ ਮੈਂ ਇੱਥੇ 30-35 ਸਾਲ ਹੋ ਗਏ ਮੈਨੂੰ ਇੱਥੇ ਆ ਕੇ। ਅੱਜ ਸਰਕਾਰ ਵੱਲੋਂ ਰੋਕ ਲਗਾਈ ਗਈ ਹੈ ਮੰਡੀਆਂ ਦੇ ਉੱਤੇ, ਕੀ ਕਹਿਣਾ ਚਾਹੁੰਦੇ ਹੋ? ਨਹੀਂ ਅਬ ਤਾਂ ਕੋਈ ਬਿਮਾਰੀ ਤਾਂ ਹੈ ਨਹੀਂ ਜੀ। ਹਾਂਜੀ ਅਸੀਂ ਵਪਾਰੀ ਬੰਦੇ ਹਾਂ, ਯੂਪੀ ਸਰਹੱਦ ਤੇ ਲੈਣੇ ਵਾਸਤੇ ਜੀ। ਅਬ ਵੈਸੇ ਕੋਈ ਦਿੱਕਤ ਹੈ ਨਹੀਂ, ਔਰ ਜਿੰਨੀ ਮੰਡੀਆਂ ਬੰਦ ਪੜੀਆਂ ਅਸੀਂ ਵੀ ਪਰੇਸ਼ਾਨ ਹੈ। ਥੋੜੀ ਮੰਡੀ ਮੁੰਡੀ ਖੁੱਲ ਜਾਏ ਤਾਂ ਅਸਾਂ ਵੀ ਆਪਣਾ ਵੀ ਕੰਮ ਚੱਲੇ ਥੋੜਾ। ਤੁਸੀਂ ਯੂਪੀ ਤੇ ਆਉਂਦੇ ਹੋ, ਕਿਆ ਯੂਪੀ ਦੇ ਵਿੱਚ ਵੀ ਮੰਡੀਆਂ ਲੱਗਦੀਆਂ ਹੋਣੀਆਂ, ਉੱਥੇ ਕਿਸੇ ਤਰ੍ਹਾਂ ਦੀ ਰੋਕ ਹੈ ਜੀ? ਉੱਥੇ ਕੋਈ ਰੋਕ ਨਹੀਂ, ਉੱਥੇ ਇਹ ਬਿਮਾਰੀ ਨਹੀਂ ਫੈਲੀ? ਨਹੀਂ ਨਹੀਂ ਕੋਈ ਨਹੀਂ। ਫਿਰ ਪੰਜਾਬ 'ਚ ਕਿਉਂ ਲੱਗਦਾ ਵੀ ਜਿਹੜੀ? ਪਤਾ ਨਹੀਂ ਜੀ, ਪੰਜਾਬ 'ਚ ਸਾਰੇ ਬਿਮਾਰੀ ਸਾਰੇ ਪਰੇਸ਼ਾਨ ਹੈ। ਹਾਂ ਸਾਰੇ ਜਿੰਨੇ ਵੀ ਯੂਪੀ ਵਾਲੇ ਬੰਦੇ ਇੱਥੇ ਆ ਕੇ ਨਾ, ਸਾਰੇ ਬੰਦੇ ਪਰੇਸ਼ਾਨ ਹੈ ਯੂਪੀ ਔਰ ਮੰਡੀ ਨਾਲ ਜੀ। ਮੰਡੀ ਨਾ ਲੱਗਣੇ ਸੇ ਅਸੀਂ ਸਾਰੇ ਵਪਾਰੀ ਪਰੇਸ਼ਾਨ ਹੈ ਹਮ। ਹੁਣ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਸਰਕਾਰ ਨੂੰ? ਭਾਈ ਮੰਡੀਆਂ ਖੁੱਲ ਜਾਏ ਬਸ ਜੀ, ਅਪੀਲ ਇਹੀ ਹੈ ਆਪਣੀ। ਜਿਹੜੀ ਬਿਮਾਰੀ ਦੀ ਗੱਲ ਕਰ ਰਹੇ, ਬਿਮਾਰੀ ਕਿਸੇ ਤਰ੍ਹਾਂ ਦੀ ਹੈ ਪਸ਼ੂਆਂ 'ਚ? ਨਹੀਂ ਬਿਮਾਰੀ ਕੋਈ ਨਹੀਂ, ਆ ਜੀ ਮੰਨ ਲਈ ਤਾਂ ਹਮਨੇ ਜੀ ਜੀ। ਜਿਹੜੀ ਇਹ ਬਿਮਾਰੀ ਹੈ ਕੀ ਲੱਗਦਾ ਹੈਗੀ ਹੈ ਜਾਂ ਨਹੀਂ? ਨਹੀਂ ਬਿਮਾਰੀ ਕੋਈ ਨਹੀਂ ਹੈ ਬਸ। ਨਹੀਂ ਹੁਣ ਕੋਈ ਬਿਮਾਰੀ ਨਹੀਂ ਹੈਗੀ। ਜੇ ਸਰਕਾਰ ਨੂੰ ਕੋਈ ਦਿੱਕਤ ਲੱਗਦੀ ਹੈ ਮੰਡੀਆਂ ਦੇ ਵਿੱਚ ਵੀ ਬਿਮਾਰੀ ਹੈ ਤਾਂ ਆਪਣੇ ਡਾਕਟਰ ਭੇਜ ਕੇ ਚੈੱਕ ਕਰਾ ਲਓ, ਸਰਵਾ ਕਰਾ ਲਓ। ਅਸੀਂ ਬਿਲਕੁਲ ਸਰਕਾਰ ਦੇ ਨਾਲ, ਅਸੀਂ ਮੰਡੀਆਂ ਬੰਦ ਕਰਨ ਨੂੰ ਤਿਆਰ ਹਾਂ। ਪਿੰਡਾਂ 'ਚ ਸਰਵਾ ਕਰ, ਮਤਲਬ ਮੰਡੀਆਂ 'ਚ ਆ ਕੇ ਪਸ਼ੂਆਂ ਦਾ ਚੈੱਕਅਪ ਕੀਤਾ ਜਾਵੇ, ਕਰ ਲਵੇ ਚੈੱਕਅਪ, ਕਰ ਲਵੇ ਜੇ ਇੱਕ ਵੀ ਪਸ਼ੂ ਬਿਮਾਰੀ 'ਚ ਨਿਕਲ ਜਾਵੇ, ਅਸੀਂ ਮੰਡੀਆਂ ਬੰਦ ਕਰਨ ਨੂੰ ਸਾਰੇ ਵਪਾਰੀ ਭਾਈ ਤਿਆਰ ਹਾਂ। ਪਿੰਡਾਂ 'ਚ ਵੀ ਸਰਵਾ ਕਰ, ਅਸੀਂ ਸਹਿਮਤ ਹੈ। ਜੇਕਰ ਫੇਰ ਵੀ ਸਰਕਾਰ ਮੰਡੀਆਂ ਨਹੀਂ ਖੋਲਦੀ ਤਾਂ ਅਗਲੀ ਜਿਹੜੀ ਰਣਨੀਤੀ ਤੁਹਾਡੀ ਵਪਾਰੀਆਂ ਦੀ, ਕਿਸਾਨਾਂ ਦੀ ਕੀ ਹੋਵੇਗੀ? ਚਲੋ ਤਾਂ ਜੀ ਅੱਗੇ 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 ਤਾਂ ਅੱਗੇ ਤਾਂ ਦੇਖੂਗੇ ਜੀ ਜਿੱਦਾਂ ਵੀ ਹੋਊਗਾ, ਪਰ ਹੁਣ ਅੱਜ ਦੀ ਮੰਡੀ ਹੈ ਜਿਹੜੀ ਇਹ ਜਿੰਨੀ ਅਸੀਂ ਤਾਂ ਰਿਕੁਐਸਟ ਕਰ ਸਕਦੇ ਹਾਂ ਸਰਕਾਰ ਨੂੰ, ਹੋਰ ਅਸੀਂ ਕੋਈ ਸਰਕਾਰ ਨਾਲ ਕੋਈ ਉਹ ਥੋੜ੍ਹਾ ਕਰ ਸਕਦੇ।